दोस्तों तुहानू पता ही है कि 2022 दे विच काफी राज्यां दे विच इलेक्शन होण जा रहे हैं। इस नूं मद्देनजर रखते हुए पंजाब सरकार ने वोट अपलाई करन दा पोर्टल चालू कर दिता है। जे तुहाडी उम्र 1 जनवरी 2003 तो पहला है, मतलब कि तुहाडी उम्र 18 साल बनती है, तो तुसीं नवीं वोट अपलाई कर सकदे जी। नवीं वोट अपलाई किस तरह करनी आ, इस दे विच की दस्तावेज लगणगे, अपलाई करन तो लैके लगण तक की प्रक्रिया है, अज दी वीडियो दे विच असीं तुहानू दसांगे। सो वीडियो नूं अंत तक ते ध्यान नाल देखना तां कि कोई गल रह ना जावे। चलो वीडियो शुरू करदे आं। सब्सक्राइब करो साडे YouTube चैनल नूं ते बैल आइकन नूं दबा के ऑल नोटिफिकेशन ते क्लिक कर लेना है, तां कि जो भी जानकारी वाली वीडियो इस चैनल ते पाईए तुहानू सब तों पहलां मिल सके। दोस्तों आ वोट अपलाई करन दी वैबसाइट आ, जिसका लिंक मैं तुहानू डिस्क्रिप्शन दे विच दे दांगा, तुसीं उत्थों जाके इस नूं खोल लेना है। ਜਦੋਂ ਤੁਸੀਂ ਇਸ ਨੂੰ ਖੋਲੋਗੇ ਤਾਂ ਤੁਸੀਂ ਥੱਲੇ ਆ ਜਾਣਾ ਵਾ। ਥੱਲੇ ਆ ਦੇਖੋ ਵੋਟਰ ਪੋਰਟਲ ਆ ਰਿਹਾ ਵਾ, ਇਹਦੇ ਉੱਤੇ ਦੱਬ ਦੇਣਾ ਵਾ। ਜਦੋਂ ਇਹਦੇ ਉੱਤੇ ਦੱਬੋਗੇ ਤੇ ਤੁਹਾਨੂੰ ਲੌਗਇਨ ਵਾਸਤੇ ਕਵੇਗਾ। ਜੇ ਤੁਸੀਂ ਨਵੇਂ ਵੋਟ ਅਪਲਾਈ ਕਰ ਰਹੇ ਜੇ ਤੇ ਤੁਹਾਨੂੰ ਕ੍ਰੀਏਟ ਐਨ ਅਕਾਊਂਟ ਤੇ ਦੱਬਣਾ ਪਵੇਗਾ। ਇਸ ਤੇ ਦੱਬੋਗੇ ਤੇ ਤੁਹਾਨੂੰ ਇੱਥੇ ਈਮੇਲ ਆਈਡੀ ਜਾਂ ਤੁਸੀਂ ਆਪਣਾ ਫੋਨ ਨੰਬਰ ਦੇ ਸਕਦੇ ਜੀ, ਦੋਵੇਂ ਜ਼ਰੂਰੀ ਆ। ਈਮੇਲ ਆਈਡੀ ਜੇ ਤੁਹਾਡੀ ਨਹੀਂ ਹੈਗੀ, ਇਸ ਦੇ ਬਾਰੇ ਮੈਂ ਵੀਡੀਓ ਬਣਾ ਚਾਹਾਂ, ਉਸਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦਾਂਗਾ, ਤੁਸੀਂ ਉਹ ਵੀਡੀਓ ਦੇਖ ਕੇ ਆਪਣੀ ਈਮੇਲ ਆਈਡੀ ਬਣਾ ਸਕਦੇ ਹੋ। ਚਲੋ ਮੈਂ ਈਮੇਲ ਆਈਡੀ ਭਰ ਦਿੰਦਾ ਵਾਂ। ਜਦੋਂ ਤੁਸੀਂ ਈਮੇਲ ਆਈਡੀ ਭਰੋਗੇ ਤਾਂ ਤੁਹਾਨੂੰ ਕੰਟੀਨਿਊ ਕਰਨਾ ਪਵੇਗਾ। ਜਦੋਂ ਤੁਸੀਂ ਕੰਟੀਨਿਊ ਕਰ ਦੋਗੇ ਤਾਂ ਤੁਹਾਨੂੰ ਈਮੇਲ ਆ ਜਾਏਗੀ, ਜਿਵੇਂ ਆ ਦੇਖੋ ਮੈਨੂੰ ਵੀ ਆਈ ਆ। ਇਸ ਲਿੰਕ ਦੇ ਉੱਤੇ ਤੁਸੀਂ ਕਲਿੱਕ ਕਰਨਾ, ਕਈ ਵਾਰ ਇਹ ਲਿੰਕ ਬਣ ਕੇ ਨਹੀਂ ਆਉਂਦਾ, ਤੁਸੀਂ ਉਸ ਨੂੰ ਕਾਪੀ ਕਰਕੇ ਵੀ ਗੂਗਲ ਕ੍ਰੋਮ ਦੇ ਵਿੱਚ ਜਾਂ ਕਿਸੇ ਵੀ ਬ੍ਰਾਊਜ਼ਰ ਦੇ ਵਿੱਚ ਖੋਲ ਸਕਦੇ ਜੀ। ਫਿਰ ਜਦੋਂ ਤੁਸੀਂ ਖੋਲੋਗੇ ਤਾਂ ਤੁਹਾਨੂੰ ਕ੍ਰੀਏਟ ਪਾਸਵਰਡ ਵੱਲੋਂ ਕਵੇਗਾ, ਤੁਸੀਂ ਆਪਣਾ ਪਾਸਵਰਡ ਬਣਾ ਲੈਣਾ ਵਾ। ਇਸ ਦੇ ਵਿੱਚ ਇੱਕ ਤੁਹਾਡਾ ਵੱਡਾ ਅੱਖਰ ਹੋਵੇਗਾ, ਜਿਵੇਂ ਸਨ, ਐਸ ਵੱਡਾ ਪਾ ਦੇਣਾ, ਯੂ ਐਨ ਨਿੱਕੇ, ਤੇ ਇੱਕ ਤੁਹਾਡੇ ਨੰਬਰ ਹੋਣੇ ਚਾਹੀਦੇ ਜਿਵੇਂ 1 2 3, ਤੇ ਇੱਕ ਤੁਹਾਡੇ ਅਲਜੈਬਰਾ ਨੰਬਰ ਹੋਣੇ ਚਾਹੀਦੇ ਆ, ਜਿਸ ਦੇ ਵਿੱਚ ਤੁਸੀਂ @ #, *, +, ਜਾਂ ਕੋਈ ਵੀ ਇੱਕ ਤੁਸੀਂ ਦੇਣਾ ਵਾ ਉਹਨਾਂ ਦੇ ਵਿੱਚੋਂ। ਇਸ ਤਰ੍ਹਾਂ ਤੁਹਾਡਾ ਪਾਸਵਰਡ ਕ੍ਰੀਏਟ ਹੋਵੇਗਾ, ਇੱਥੇ ਤੁਸੀਂ ਕਨਫਰਮ ਕਰ ਦੇਣਾ ਵਾ ਉਸੇ ਹੀ ਪਾਸਵਰਡ ਨੂੰ, ਤੇ ਇੱਥੇ ਤੁਸੀਂ ਦੱਸਣਾ ਵਾ ਕਿ ਜਿਵੇਂ ਆ 25+7 ਆ ਰਿਹਾ ਵਾ, ਇਹ 32 ਬਣਦਾ ਵਾ, ਇੱਥੇ ਤੁਸੀਂ ਇਸ ਤਰ੍ਹਾਂ ਪਲੱਸ ਕਰ ਲੈਣਾ ਵਾ। ਇੱਥੇ ਆ ਡੱਬੇ ਤੇ ਦੱਬ ਕੇ ਕ੍ਰੀਏਟ ਅਕਾਊਂਟ ਬਣਾ ਦੇਣਾ ਵਾ। ਜਦੋਂ ਕ੍ਰੀਏਟ ਅਕਾਊਂਟ ਬਣਾਓਗੇ ਤੇ ਆ ਦੇਖੋ ਵੈਲਕਮ ਆ ਜਾਏਗਾ, ਇੱਥੇ ਤੁਸੀਂ ਦੱਬ ਦੇਣਾ ਵਾ। ਜਦੋਂ ਇੱਥੇ ਦੱਬੋਗੇ ਤਾਂ ਤੁਹਾਨੂੰ ਪ੍ਰੋਫਾਈਲ ਡਿਟੇਲ ਭਰਨੀ ਪਵੇਗੀ, ਇਹਦੇ ਵਿੱਚ ਤੁਹਾਨੂੰ ਆਪਣਾ ਨਾਮ ਲਿਖਣਾ ਪਊਗਾ, ਤੇ ਜੇ ਤੁਹਾਡਾ ਸਰਨੇਮ ਹੈਗਾ ਵਾ ਤੁਸੀਂ ਇੱਥੇ ਲਿਖ ਦੇਣਾ ਵਾ। ਇੱਥੇ ਤੁਸੀਂ ਆਪਣੀ ਸਟੇਟ, ਮਤਲਬ ਕਿ ਰਾਜ ਸਿਲੈਕਟ ਕਰ ਲੈਣਾ ਵਾ, ਜਿਵੇਂ ਪੰਜਾਬ। ਇੱਥੇ ਜਿਹੜਾ ਵੀ ਤੁਹਾਡਾ ਜੈਂਡਰ ਵਾ ਉਹਦੇ ਉੱਤੇ ਦੱਬ ਦੇਣਾ ਵਾ, ਜਿਵੇਂ ਆ ਮੇਲ ਆ, ਮੇਲ ਤੇ ਦੱਬ ਕੇ ਸਬਮਿਟ ਕਰ ਦੇਣਾ ਵਾ। ਜਦੋਂ ਸਬਮਿਟ ਕਰ ਦੋਗੇ ਤੇ ਵੈਬਸਾਈਟ ਕੁਝ ਇਸ ਤਰ੍ਹਾਂ ਦੀ ਖੁੱਲੇਗੀ, ਇਸ ਦੇ ਵਿੱਚ ਆ ਦੇਖੋ ਨਿਊ ਵੋਟਰ ਰਜਿਸਟ੍ਰੇਸ਼ਨ ਆ ਰਿਹਾ ਵਾ, ਇਹਦੇ ਉੱਤੇ ਦੱਬ ਦੇਣਾ ਵਾ। ਜਦੋਂ ਇਸ ਦੇ ਉੱਤੇ ਦੱਬੋਗੇ ਤੇ ਆ ਜਾਏਗਾ ਇੱਥੇ ਲੈਟ ਸਟਾਰਟ, ਦੱਬ ਦੇਣਾ ਵਾ। ਜਦੋਂ ਲੈਟ ਸਟਾਰਟ ਦੱਬੋਗੇ ਤਾਂ ਆ ਦੇਖੋ ਇੱਥੇ ਪੁੱਛਿਆ ਗਿਆ ਵਾ ਕਿ ਤੁਸੀਂ ਪਹਿਲੀ ਵਾਰ ਵੋਟ ਅਪਲਾਈ ਕਰ ਰਹੇ ਜੇ, ਜੇ ਪਹਿਲੀ ਵਾਰ ਕਰ ਰਹੇ ਜੈਸ ਲਿਖ ਦੇਣਾ, ਜੇ ਦੂਜੀ ਵਾਰੀ ਕਰ ਰਹੇ ਤੇ ਨੋ ਲਿਖ ਦੇਣਾ ਵਾ। ਤੇ ਮੈਂ ਪਹਿਲੀ ਵਾਰੀ ਕਰ ਰਿਹਾ, ਜੈਸ ਲਿਖ ਕੇ ਇਸ ਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦਵਾਂਗਾ। ਫਿਰ ਅੱਗੇ ਇੱਕ ਸਵਾਲ ਪੁੱਛਿਆ ਗਿਆ ਵਾ ਕਿ ਕੀ ਤੁਸੀਂ ਇੰਡੀਅਨ ਸਿਟੀਜ਼ਨ ਜੇ, ਜੇ ਹੈਗੇ ਜੇ ਤੇ ਜੈਸ ਦੱਬ ਦੇਣਾ ਵਾ, ਜੇ ਨਹੀਂ ਹੈਗੇ ਤਾਂ ਜੈਸ ਆਈ ਐਮ ਇੰਡੀਅਨ ਸਿਟੀਜ਼ਨ ਪਰ ਅਸੀਂ ਰਹਿੰਦੇ ਬਾਹਰ ਵਾ ਇੰਡੀਆ ਤੋਂ, ਇਹ ਦੱਬ ਦੇਣਾ ਵਾ। ਪਰ ਇੱਥੇ ਤੁਹਾਡੀ ਵੋਟ ਭਰਨੀ ਹੈ, ਇਸ ਲਈ ਤੁਸੀਂ ਜੈਸ ਆਈ ਐਮ ਇੰਡੀਅਨ ਸਿਟੀਜ਼ਨ ਹੀ ਦੱਬਣਾ ਵਾ। ਇੱਥੇ ਦੱਬ ਕੇ ਸੇਵ ਐਂਡ ਕੰਟੀਨਿਊ ਕਰ ਦੇਣਾ ਵਾ। ਫਿਰ ਤੁਹਾਡਾ ਮੋਬਾਈਲ ਨੰਬਰ ਪੁੱਛੇਗਾ, ਇੱਥੇ ਮੋਬਾਈਲ ਨੰਬਰ ਭਰ ਦੇਣਾ ਵਾ, ਤੁਹਾਡੇ ਮੋਬਾਈਲ ਤੇ OTP ਆਵੇਗਾ, ਇਸ ਨੂੰ ਤੁਸੀਂ ਭਰ ਕੇ ਤੇ ਵੈਰੀਫਾਈ ਕਰ ਦੇਣਾ ਵਾ। ਜਦੋਂ ਵੈਰੀਫਾਈ ਕਰ ਦੋਗੇ ਤਾਂ ਤੁਹਾਡੀ ਜਨਮ ਤਰੀਕ ਪੁੱਛੇਗਾ, ਇੱਥੇ ਤੁਸੀਂ ਜੇਰ ਚੁਣ ਲੈਣਾ ਵਾ। ਜੇਰ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ 1 ਜਨਵਰੀ 2003 ਤੋਂ ਤੁਸੀਂ 18 ਸਾਲ ਦੇ ਹੋਣੇ ਚਾਹੀਦੇ ਜੇ, ਫਿਰ ਹੀ ਤੁਸੀਂ ਇਹ ਵੋਟ ਅਪਲਾਈ ਕਰ ਸਕਦੇ ਜੇ। ਤਾਂ ਇੱਥੇ ਜੇਰ ਸਿਲੈਕਟ ਕਰ ਲੈਣਾ ਵਾ, ਜਿਹੜਾ ਵੀ ਤੁਹਾਡਾ ਸਾਲ ਆ, ਜਿਹੜੇ ਵੀ ਸਾਲ ਤੁਹਾਡਾ ਜਨਮ ਹੋਇਆ ਸੀ। ਫਿਰ ਇੱਥੇ ਮੰਥ ਸਿਲੈਕਟ ਕਰ ਲੈਣਾ, ਜਿਹੜਾ ਵੀ ਮਹੀਨਾ ਵਾ ਤੁਹਾਡੇ ਜਨਮ ਦਾ। ਫਿਰ ਇੱਥੇ ਡੇਟ ਚੁਣ ਲੈਣੀ ਹੈ, ਜਿਹੜੇ ਵੀ ਦਿਨ ਤੁਹਾਡਾ ਜਨਮ ਹੋਇਆ ਸੀ। ਫਿਰ ਆ ਦੇਖੋ ਇੱਥੇ ਤੁਸੀਂ ਜਨਮ ਦਾ ਸਥਾਨ ਲਿਖਣਾ ਵਾ, ਇਸ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਮ ਲਿਖ ਸਕਦੇ ਜੇ ਹਸਪਤਾਲ ਦੇ ਵਿੱਚ ਹੋਏ ਤੇ ਸ਼ਹਿਰ ਦਾ ਨਾਮ ਵੀ ਲਿਖ ਸਕਦੇ ਜੀ। ਫਿਰ ਇੱਥੇ ਤੁਹਾਨੂੰ ਆਪਣਾ ਰਾਜ ਸਿਲੈਕਟ ਕਰਨਾ ਪਊਗਾ, ਜਿਵੇਂ ਪੰਜਾਬ। ਫਿਰ ਇੱਥੇ ਤੁਹਾਨੂੰ ਆਪਣਾ ਜ਼ਿਲ੍ਹਾ ਸਿਲੈਕਟ ਕਰਨਾ ਵਾ। ਫਿਰ ਤੁਹਾਨੂੰ ਇੱਥੇ ਡਾਕੂਮੈਂਟ ਸਿਲੈਕਟ ਕਰਨਾ ਪਊਗਾ, ਜਿਹਦੇ ਵਿੱਚ ਤੁਸੀਂ ਆਧਾਰ ਕਾਰਡ, ਪੈਨ ਕਾਰਡ, ਡਰਾਈਵਿੰਗ ਲਾਇਸੈਂਸ, ਇੰਡੀਅਨ ਪਾਸਪੋਰਟ, ਮਾਰਕਸ਼ੀਟ, ਜਿਸ ਦੇ ਵਿੱਚ ਤੁਹਾਡੀ ਜਨਮ ਤਰੀਕ ਹੋਵੇ ਉਹ ਤੁਸੀਂ ਸਿਲੈਕਟ ਕਰ ਲੈਣਾ ਵਾ। ਜਦੋਂ ਸਿਲੈਕਟ ਕਰ ਲੋਗੇ, ਜਿਵੇਂ ਆ ਦੇਖੋ ਮੈਂ ਆਧਾਰ ਕਾਰਡ ਕਰ ਲਿਆ ਵਾ, ਇੱਥੇ ਤੁਸੀਂ ਦੋ ਤਰੀਕਿਆਂ ਨਾਲ ਅਪਲੋਡ ਕਰ ਸਕਦੇ ਜੇ। ਜੇ ਤੁਹਾਡੇ ਕੋਲ ਡਿਜੀ ਲੋਕਰ ਵਿੱਚ ਪਿਆ ਵਾ ਤਾਂ ਉਸ ਦੇ ਵਿੱਚ ਉਹ ਤੁਸੀਂ ਅਪਲੋਡ ਕਰ ਸਕਦੇ ਜੇ,
ਦੇਣਗੇ ਜੇ ਤੁਸੀਂ ਉਦਾਂ ਅਪਲੋਡ ਕਰਨਾ ਵਾ ਤੇ ਇੱਥੇ ਅਪਲੋਡ ਤੇ ਦੱਬੇ ਰਹਿਣ ਦੇਣਾ ਵਾ ਤੇ ਆਹ ਦੇਖੋ ਅਪਲੋਡ ਫਾਈਲ ਆ ਰਿਹਾ ਇਹਦੇ ਉੱਤੇ ਦੱਬ ਕੇ ਆਪਣੇ ਆਧਾਰ ਕਾਰਡ ਨੂੰ ਜਿੱਥੇ ਵੀ ਤੁਹਾਡੇ ਫੋਨ ਚ ਪਿਆ ਵਾ ਉਸ ਨੂੰ ਅਪਲੋਡ ਕਰ ਲੈਣਾ ਵਾ ਜਦੋਂ ਅਪਲੋਡ ਕਰ ਲੋਗੇ ਤੇ ਇਹਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬੋਗੇ ਤਾਂ ਤੁਹਾਡੀ ਪ੍ਰੋਫਾਈਲ ਅਪਲੋਡ ਕਰਨ ਲਈ ਕਵੇਗਾ ਇੱਥੇ ਤੁਸੀਂ ਅਪਲੋਡ ਪਿਕਚਰ ਤੇ ਦੱਬ ਦੇਣਾ ਵਾ ਆਹ ਦੇਖੋ ਤੁਹਾਡੀ ਫੋਟੋ ਆ ਜਾਏਗੀ ਇਸ ਨੂੰ ਤੁਸੀਂ ਸ਼ਟ ਕਰਕੇ ਆਪਣੇ ਹਿਸਾਬ ਨਾਲ ਕ੍ਰੌਪ ਕਰਕੇ ਤੇ ਇਸ ਨੂੰ ਅਪਲੋਡ ਕਰ ਦੇਣਾ ਵਾ ਜਦੋਂ ਅਪਲੋਡ ਕਰ ਦੋਗੇ ਫਿਰ ਤੁਹਾਡੇ ਜੈਂਡਰ ਬਾਰੇ ਪੁੱਛੇਗਾ ਜੋ ਆਟੋਮੈਟਿਕ ਹੀ ਤੁਹਾਡਾ ਸਿਲੈਕਟ ਹੋ ਜਾਏਗਾ ਕਿਉਂਕਿ ਤੁਸੀਂ ਪਹਿਲਾਂ ਵੀ ਜੈਂਡਰ ਭਰਿਆ ਸੀ ਫਿਰ ਇੱਥੇ ਤੁਹਾਡਾ ਨਾਮ ਆ ਜਾਏਗਾ ਆਟੋਮੈਟਿਕ ਇਹ ਵੀ ਚੱਕ ਲਏਗਾ ਕਿਉਂਕਿ ਪ੍ਰੋਫਾਈਲ ਨੇਮ ਤੁਸੀਂ ਪਹਿਲਾਂ ਭਰਿਆ ਸੀ ਤਾਂ ਇੱਥੇ ਤੁਹਾਡਾ ਪੰਜਾਬੀ ਦੇ ਵਿੱਚ ਨਾਂ ਆ ਜਾਏਗਾ ਜੇ ਗਲਤ ਨਾਮ ਆ ਗਿਆ ਮੋਬਾਈਲ ਦੇ ਵਿੱਚ ਵੈਸੇ ਕੀਵਰਡ ਹੁੰਦਾ ਹੀ ਹੈ ਪੰਜਾਬੀ ਵਾਲੇ ਉਸ ਤੋਂ ਤੁਸੀਂ ਸਹੀ ਕਰ ਸਕਦੇ ਜੇ ਤੁਸੀਂ ਕੰਪਿਊਟਰ ਜਾਂ ਲੈਪਟਾਪ ਤੋਂ ਕਰ ਰਹੇ ਜੇ ਤਾਂ ਤੁਸੀਂ ਗੂਗਲ ਟਰਾਂਸਲੇਟ ਦੀ ਹੈਲਪ ਲੈ ਸਕਦੇ ਜੀ ਫਿਰ ਇੱਥੇ ਪੁੱਛਿਆ ਵਾ ਕਿ ਤੁਹਾਨੂੰ ਕੋਈ ਬਿਮਾਰੀ ਤਾਂ ਨਹੀਂ ਹੈ ਜਿਵੇਂ ਆਹ ਦੇਖੋ ਇੱਥੇ ਲਿਖਿਆ ਵਾ ਹੈਂਡੀਕੈਪਟ ਵਿਜੂਅਲ ਮਤਲਬ ਕਿ ਅੱਖਾਂ ਦੀ ਕੋਈ ਬਿਮਾਰੀ ਹੋਵੇ ਜਾਂ ਕੰਨਾਂ ਦੀ ਬਿਮਾਰੀ ਹੋਵੇ ਜਾਂ ਕੋਈ ਹੋਰ ਬਿਮਾਰੀ ਆ ਉਹਤੇ ਤੁਸੀਂ ਦੱਬ ਦੇਣਾ ਵਾ ਜੇ ਨਹੀਂ ਬਿਮਾਰੀ ਤਾਂ ਇਹਨੂੰ ਨੋ ਡਿਸੇਬਿਲਟੀ ਤੇ ਹੀ ਧਿਆਨ ਦੇਣਾ ਵਾ ਫਿਰ ਇਹਨੂੰ ਸੇਵ ਐਂਡ ਕੰਟੀਨਿਊ ਦੱਬ ਦੇਣਾ ਵਾ ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬ ਦੋਗੇ ਤਾਂ ਤੁਹਾਡੇ ਰਿਲੇਟਿਵ ਦੇ ਬਾਰੇ ਪੁੱਛਿਆ ਵਾ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਸੀਂ ਉਹਦੇ ਵੋਟ ਦਾ ਨੰਬਰ ਭਰਨਾ ਵਾ ਜਿਹੜਾ ਤੁਹਾਡੇ ਵੋਟਰ ਕਾਰਡ ਤੇ ਲਿਖਿਆ ਹੁੰਦਾ ਵਾ ਤੁਹਾਡੇ ਪਿਤਾ ਦਾ ਭਰਨਾ ਵਾ ਤੇ ਪਿਤਾ ਦਾ ਭਰ ਸਕਦੇ ਜੀ ਮਾਤਾ ਦਾ ਭਰਨਾ ਮਾਤਾ ਦਾ ਭਰ ਸਕਦੇ ਜੇ ਘਰ ਵਾਲੇ ਦਾ ਭਰਨਾ ਘਰ ਵਾਲੇ ਦਾ ਭਰ ਸਕਦੇ ਜੇ ਪਰ ਉਹਦਾ ਵੋਟਰ ਨੰਬਰ ਭਰਨਾ ਪਊਗਾ ਜਿਹੜਾ ਇੱਥੇ ਲਿਖਿਆ ਵਾ ਦੇਖੋ ਜਿਵੇਂ ਮੈਂ ਤੁਹਾਨੂੰ ਦੱਸਿਆ ਵਾ ਉਹ ਭਰ ਕੇ ਫਿਰ ਉਸਦਾ ਨਾਮ ਲਿਖ ਦੇਣਾ ਵਾ ਅੰਗਰੇਜ਼ੀ ਦੇ ਵਿੱਚ ਪੰਜਾਬੀ ਦੇ ਵਿੱਚ ਉਸਦਾ ਨਾਮ ਆ ਜਾਏਗਾ ਜੇ ਉਹ ਗਲਤ ਵਾ ਤਾਂ ਤੁਸੀਂ ਉਸ ਨੂੰ ਸਹੀ ਕਰ ਸਕਦੇ ਜੀ ਫਿਰ ਇੱਥੇ ਤੁਸੀਂ ਦੱਸ ਦੇਣਾ ਵਾ ਵੀ ਉਹਦਾ ਰਿਲੇਸ਼ਨ ਟਾਈਪ ਕੀ ਆ ਮਤਲਬ ਕਿ ਉਹ ਤੁਹਾਡੇ ਪਿਤਾ ਨੇ ਮਾਤਾ ਨੇ ਜਾਂ ਤੁਹਾਡਾ ਘਰ ਵਾਲਾ ਵਾ ਉਹ ਸਿਲੈਕਟ ਕਰਕੇ ਤਾਂ ਇਹਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ ਜਦੋਂ ਦੱਬ ਦੋਗੇ ਤਾਂ ਆਹ ਦੇਖੋ ਤੁਹਾਡੇ ਮੌਜੂਦੇ ਪਤੇ ਬਾਰੇ ਪੁੱਛਿਆ ਵਾ ਇੱਥੇ ਤੁਸੀਂ ਹਾਊਸ ਨੰਬਰ ਪਾਉਣਾ ਵਾ ਇਹ ਹਾਊਸ ਨੰਬਰ ਤੁਸੀਂ ਵੋਟਰ ਸੂਚੀ ਤੋਂ ਦੇਖ ਕੇ ਮਕਾਨ ਨੰਬਰ ਪਾ ਸਕਦੇ ਜੇ ਜਿੱਥੇ ਵੀ ਤੁਹਾਡੇ ਘਰਦਿਆਂ ਦੀਆਂ ਵੋਟਾਂ ਨੇ ਉਸਦਾ ਮਕਾਨ ਨੰਬਰ ਹੁੰਦਾ ਵਾ ਵੋਟਰ ਸੂਚੀ ਦੇ ਵਿੱਚ ਉਹ ਤੁਸੀਂ ਦੇਖ ਕੇ ਇੱਥੇ ਭਰ ਦੇਣਾ ਵਾ ਜਦੋਂ ਇਹ ਭਰ ਦੋਗੇ ਫਿਰ ਤੁਹਾਨੂੰ ਗਲੀ ਦਾ ਨਾਂ ਜਾਂ ਏਰੀਏ ਦਾ ਨਾਂ ਜਾਂ ਲੋਕੇਸ਼ਨ ਭਰਨੀ ਪਊਗੀ ਇਸ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਂ ਵੀ ਲੈ ਸਕਦੇ ਜੇ ਤੁਹਾਡੀ ਗਲੀ ਦਾ ਜਾਂ ਮਹੱਲੇ ਦਾ ਨਾਂ ਹੈਗਾ ਵਾ ਤਾਂ ਉਹ ਵੀ ਭਰ ਸਕਦੇ ਜੇ ਨਹੀਂ ਤਾਂ ਆਪਣੇ ਪਿੰਡ ਦਾ ਜਾਂ ਸ਼ਹਿਰ ਦਾ ਨਾਂ ਵੀ ਲਿਖ ਸਕਦੇ ਜੀ ਫਿਰ ਇੱਥੇ ਪੰਜਾਬੀ ਦੇ ਵਿੱਚ ਆ ਜਾਏਗਾ ਜਿਵੇਂ ਆਹ ਦੇਖੋ ਮੇਰੇ ਨੀਅਰ ਗੁਰਦੁਆਰਾ ਗਲਤ ਆ ਰਿਹਾ ਵਾ ਤੇ ਕੀਬੋਰਡ ਕੱਢ ਲੈਣਾ ਵਾ ਤੇ ਉੱਤੇ ਦੱਬ ਕੇ ਪੰਜਾਬੀ ਦੇ ਵਿੱਚ ਕਰ ਲੈਣਾ ਵਾ ਜਿਵੇਂ ਆਹ ਦੇਖੋ ਆ ਗਈਆਂ ਕਾਫੀ ਲੈਂਗੁਏਜ ਆ ਇੱਥੇ ਵਿੱਚ ਪੰਜਾਬੀ ਕਰ ਲੈਣੀ ਆ ਤੇ ਇਸ ਨੂੰ ਤੁਸੀਂ ਸਹੀ ਕਰ ਸਕਦੇ ਜੀ ਫਿਰ ਇੱਥੇ ਦਾਖਾਨਾ ਭਰਨਾ ਵਾ ਫਿਰ ਇੱਥੇ ਦਾਖਾਨਾ ਵੀ ਪੰਜਾਬੀ ਦੇ ਵਿੱਚ ਆ ਜਾਏਗਾ ਫਿਰ ਇੱਥੇ ਤੁਸੀਂ ਪਿੰਡ ਦਾ ਨਾਂ ਭਰਨਾ ਵਾ ਪਿੰਡ ਦਾ ਨਾਂ ਭਰੋਗੇ ਤਾਂ ਫਿਰ ਏਰੀਆ ਟਾਈਪ ਦੱਸਣਾ ਵਾ ਏਰੀਆ ਟਾਈਪ ਦੇ ਵਿੱਚ ਤੁਸੀਂ ਦੱਸਣਾ ਵਾ ਕਿ ਤੁਸੀਂ ਪਿੰਡ ਦੇ ਜੇ ਸ਼ਹਿਰ ਦੇ ਜੇ ਜਾਂ ਟਾਊਨ ਦੇ ਜੇ ਜਿਹੜੇ ਵੀ ਹੈਗੇ ਜੇ ਉਹ ਏਰੀਆ ਸਿਲੈਕਟ ਕਰ ਲੈਣਾ ਵਾ ਫਿਰ ਤੁਸੀਂ ਇੱਥੇ ਪਿੰਨ ਕੋਡ ਭਰਨਾ ਵਾ ਪਿੰਨ ਕੋਡ ਭਰ ਦੋਗੇ ਫਿਰ ਆ ਤੁਹਾਡੇ ਕੋਲ ਹਲਕੇ ਬਾਰੇ ਪੁੱਛਿਆ ਗਿਆ ਵਾ ਇਸ ਦੇ ਉੱਤੇ ਦੱਬ ਦੋਗੇ ਇੱਥੇ ਤੁਸੀਂ ਆਪਣਾ ਰਾਜ ਭਰਨਾ ਵਾ ਜਿਹੜੇ ਵੀ ਰਾਜ ਦੇ ਤੁਸੀਂ ਵਸਨੀਕ ਜੇ ਜਿਵੇਂ ਪੰਜਾਬ ਫਿਰ ਇੱਥੇ ਜ਼ਿਲ੍ਹਾ ਭਰ ਦੇਣਾ ਵਾ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਵਾ ਜ਼ਿਲ੍ਹਾ ਭਰ ਦੋਗੇ ਤਾਂ ਫਿਰ ਤੁਹਾਡਾ ਹਲਕਾ ਆ ਜਾਏਗਾ ਇਸ ਦੇ ਵਿੱਚ ਤੁਸੀਂ ਆਪਣਾ ਇਲੈਕਸ਼ਨ ਵਾਲਾ ਹਲਕਾ ਚੁਣ ਲੈਣਾ ਵਾ ਜਿਵੇਂ ਸਾਡਾ ਫਤਿਹਗੜ੍ਹ ਚੂੜੀਆਂ ਵਾ ਅਸੀਂ ਇੱਥੇ ਫਤਿਹਗੜ੍ਹ ਚੂੜੀਆਂ ਚੁਣ ਲਵਾਂਗੇ ਜਦੋਂ ਹਲਕਾ ਚੁਣ ਲੋਗੇ ਤਾਂ ਤੁਹਾਨੂੰ ਇੱਕ ਪਤੇ ਦਾ ਸਬੂਤ ਦੇਣਾ ਪਊਗਾ ਪਤੇ ਦੇ ਸਬੂਤ ਦੇ ਵਿੱਚ ਤੁਸੀਂ ਬੈਂਕ ਦੀ ਪਾਸਬੁੱਕ ਰਾਸ਼ਨ ਕਾਰਡ ਬਿਜਲੀ ਦਾ ਬਿੱਲ ਵਾਟਰ ਬਿੱਲ ਇਸ ਤਰ੍ਹਾਂ ਦਾ ਤੁਸੀਂ ਕੋਈ ਵੀ ਪ੍ਰੂਫ ਦੇ ਸਕਦੇ ਜਿਹਦੇ ਵਿੱਚ ਤੁਹਾਡਾ ਐਡਰੈਸ ਹੈਗਾ ਵਾ ਫਿਰ ਇਹ ਦੋ ਤਰੀਕਿਆਂ ਨਾਲ ਅਪਲੋਡ ਹੋਗਾ ਇੱਕ ਡਿਜੀ ਲੋਕਰ ਨਾਲ ਤੇ ਇੱਕ ਅਪਲੋਡ ਤੁਸੀਂ ਕਰ ਸਕਦੇ ਜੇ ਆਪਣੇ ਫੋਨ ਤੋਂ ਮੈਂ ਪਿੱਛੇ ਦੱਸਣਾ ਭੁੱਲ ਗਿਆ ਉਹਦੀ ਫਾਈਲ ਵੀ 2 MB ਦੀ ਹੋਣੀ ਚਾਹੀਦੀ ਆ ਇਸ ਦੀ ਫਾਈਲ ਵੀ 2 MB ਦੀ ਹੋਣੀ ਚਾਹੀਦੀ ਆ ਤੇ ਇਹਨੂੰ ਸਿਲੈਕਟ ਫਾਈਲ ਕਰਕੇ ਅਪਲੋਡ ਕਰ ਦੇਣਾ ਵਾ ਇਹਨੂੰ ਸੇਵ ਐਂਡ ਕੰਟੀਨਿਊ ਤੇ ਦੱਬ ਦੇਣਾ ਵਾ ਜਦੋਂ ਸੇਵ ਐਂਡ ਕੰਟੀਨਿਊ ਤੇ ਦੱਬ ਦੋਗੇ ਤਾਂ ਤੁਹਾਨੂੰ ਪੁੱਛਿਆ ਜਾਵੇਗਾ ਕਿ ਤੁਸੀਂ ਇਸ ਪਤੇ ਤੇ ਕਿਸ ਸਾਲ ਤੋਂ ਰਹਿ ਰਹੇ ਜੇ ਜਨਮ ਤੋਂ ਰਹਿ ਰਹੇ ਜੇ ਆਪਣਾ ਜਨਮ ਦਾ ਸਾਲ ਤੇ ਮਹੀਨਾ ਭਰ ਦੇਣਾ ਵਾ ਜੇ ਤੁਸੀਂ ਬਾਅਦ ਚੋਂ ਰਹਿ ਰਹੇ ਜੇ ਤੇ ਉਹ ਸਾਲ ਤੇ ਮਹੀਨਾ ਭਰ ਦੇਣਾ ਵਾ ਫਿਰ ਇੱਥੇ ਸਵੈ ਘੋਸ਼ਣਾ ਆ ਗਿਆ ਵਾ ਇੱਥੇ ਡੇਟ ਪੈ ਗਈ ਆ ਇੱਥੇ ਪਲੇਸ ਆ ਗਿਆ ਵਾ ਪਲੇਸ ਦੇ ਵਿੱਚ ਤੁਸੀਂ ਆਪਣੇ ਪਿੰਡ ਦਾ ਨਾਂ ਲਿਖ ਸਕਦੇ ਜੇ ਜਾਂ ਆਪਣੇ ਨਜ਼ਦੀਕੀ ਦੇ ਸ਼ਹਿਰ ਦਾ ਨਾਂ ਲਿਖ ਸਕਦੇ ਜੇ ਤੇ ਫਿਰ ਇੱਥੇ ਤੁਹਾਡਾ ਨਾਮ ਆਵੇਗਾ ਜਿਹੜਾ ਵੀ ਐਪਲੀਕੇਸ਼ਨ ਦੇ ਰਿਹਾ ਵਾ ਇੱਥੇ ਸੇਵ ਐਂਡ ਕੰਟੀਨਿਊ ਕਰ ਦੇਣਾ ਵਾ ਜਦੋਂ ਸੇਵ ਐਂਡ ਕੰਟੀਨਿਊ ਕਰੋਗੇ ਤਾਂ ਆਹ ਫਾਰਮ ਭਰਿਆ ਆ ਜਾਏਗਾ ਇਸ ਨੂੰ ਤੁਸੀਂ ਚੈੱਕ ਕਰ ਲੈਣਾ ਵਾ ਕੋਈ ਵੀ ਡਿਟੇਲ ਗਲਤ ਨਾ ਹੋਵੇ ਜੇ ਗਲਤ ਵਾ ਤਾਂ ਇਸ ਨੂੰ ਐਡਿਟ ਫਾਰਮ ਕਰਕੇ ਇਸ ਨੂੰ ਭਰ ਸਕਦੇ ਜੇ ਇਹ ਇੱਕ ਵਾਰੀ ਹੀ ਭਰਿਆ ਜਾਵੇਗਾ ਦੁਬਾਰਾ ਨਹੀਂ ਭਰਿਆ ਜਾਵੇਗਾ ਇਸ ਨੂੰ ਚੰਗੀ ਤਰ੍ਹਾਂ ਚੈੱਕ ਕਰ ਲੈਣਾ ਵਾ ਤੇ ਫਿਰ ਇਹਨੂੰ ਸਬਮਿਟ ਕਰ ਦੇਣਾ ਵਾ ਜਦੋਂ ਸਬਮਿਟ ਕਰ ਦੋਗੇ ਤਾਂ ਆਹ ਦੇਖੋ ਤੁਹਾਨੂੰ ਮੋਬਾਈਲ ਤੇ ਮੈਸੇਜ ਆ ਜਾਏਗਾ ਇਸ ਦੇ ਵਿੱਚ ਤੁਹਾਡਾ ਦੇਖੋ ਰੈਫਰੈਂਸ ID ਆ ਜਾਏਗੀ
इस रेफरेंस आईडी नूं तुसीं सांभ के रखना वा क्योंकि यह तुहाडे एप्लीकेशन स्टेटस दा ट्रैक चैक करन दे विच काम आवेगी। नाल ही तुहानूं वैबसाइट दे उत्ते मैसेज आ जाएगा भी तुहाडी जिहड़ी एप्लीकेशन आ उह सबमिट हो गई आ ते उत्थे भी तुहानूं आ वेखो रेफरेंस आईडी आ जाएगी। हुण दस दिंदे आ भी तुहाडी बोट बणी आ कि नहीं बणी, उस दा स्टेटस किवें चैक करना वा। आ देखो उत्ते तीन लिंकां आ रहियां, इहदे उत्ते दबोगे ते आ देखो आ जाएगा, इस नूं ट्रैक स्टेटस ते दब देना वा। जो ट्रैक स्टेटस ते दबोगे तुहानूं अपनी रेफरेंस आईडी भरनी पवेगी, रेफरेंस आईडी भरोगे ते आ देखो एप्लीकेशन स्टेटस आ गया वा, साडी एप्लीकेशन सबमिट हो गई आ। ते फिर तुहाडे पिंड दे बीएलओ को आऊगी जां ते ओह खुद ही तुहाडे कोल आजूगा, जे नहीं आऊगा ते फिर तुसी ओहदे कोल जाके ओहदा नाम तुहानूं मैसेज दे विच दस देणगे, तुसी ओहदे कोल जाके अपने डॉक्यूमेंट लै जाणे आ जिहड़े जिहड़े वी इत्थे लाए आ ते ओहनूं फोटोकापी करके दे देणे आ ते ओह तुहाडी इनकुआरी करेगी, फिर ओह दसेगी भी हां इस दी बोट बणन वाली आ, ठीक आ इह जायज वा, फिर फील्ड वेरीफाइड होएगा, फिर तुहाडी एप्लीकेशन दे बारे दस दिता जाऊगा, तुहाडी एप्लीकेशन एक्सेप्ट कर ली आ कि रिजेक्ट कर दिती आ, ओह तुहानूं सारा कुछ इथों पता लग जूगा। जे एक्सेप्ट कर ली आ इथे सही वग जाएगी तो तुसी वोटर सूची तो अपना नाम देख सकते, जे तुहाडे मकान नंबर दे विच तुहाडा नाम आ जाएगा। सो दोस्तों इस तरह तुसी 2021 दे विच अपनी वोट अप्लाई कर सकते जी। आस करदा वा कि तुहानूं सारा कुछ समझ आ लग गया होगा, जे फिर भी समझ नहीं लगा तुसी मैनूं कमेंट बॉक्स दे विच पुछ सकते जी। धन्नवाद।